ਰਾਜਪੁਰਾ ਦੇ ਨਾਲ ਲੱਗਦੇ ਇੱਕ ਪਿੰਡ ਦੇ ਖੇਤਾਂ ਦੇ ਵਿੱਚ ਕੁਝ ਦਿਨ ਪਹਿਲਾਂ ਚੀਤਾ ਨਜ਼ਰ ਆਇਆ ਸੀ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਵੱਲੋਂ ਉੱਥੇ ਪਿੰਜਰਾ ਲਗਾ ਦਿੱਤਾ ਗਿਆ ਸੀ, ਪਰ ਇਹ ਅਵਾਰਾ ਜਾਨਵਰ ਨਹੀਂ ਫੜਿਆ ਗਿਆ। ਪਰ ਹੁਣ ਇਸ ਚੀਤੇ ਦੀ ਦਹਿਸ਼ਤ ਰਾਜਪੁਰਾ ਤੋਂ 5 ਕਿਲੋਮੀਟਰ ਦੂਰ ਇੱਕ ਪਿੰਡ ਗੰਡਿਆਂ ਦੇ ਵਿੱਚ ਵੇਖਣ ਨੂੰ ਮਿਲੀ ਹੈ, ਜਿੱਥੇ ਗਲੀਆਂ ਦੇ ਵਿੱਚ ਖੂਨ ਡੁੱਲਿਆ ਮਿਲਿਆ। ਪਿੰਡ ਵਾਸੀਆਂ ਨੂੰ ਸ਼ੱਕ ਹੈ ਕਿ ਉਹੀ ਚੀਤਾ ਇੱਧਰ ਘੁੰਮ ਰਿਹਾ ਹੈ, ਜਿਸ ਦੀ ਤਸਵੀਰ ਸੀਸੀਟੀਵੀ ਕੈਮਰੇ ਦੇ ਵਿੱਚ 25 ਅਗਸਤ ਨੂੰ ਦੇਖੀ ਗਈ ਸੀ। ਪਿੰਡ ਦੇ ਵਿੱਚ ਹੁਣ ਦਹਿਸ਼ਤ ਦਾ ਮਾਹੌਲ ਹੈ, ਗਲੀਆਂ ਦੇ ਵਿੱਚ ਸੰਨਾਟਾ ਛਾਉ ਹੋਇਆ ਹੈ। ਬੱਚੇ ਅਤੇ ਬਜ਼ੁਰਗ ਤੇ ਨੌਜਵਾਨ ਕੋਈ ਵੀ ਡਰ ਦਾ ਮਾਰਾ ਬਾਹਰ ਨਹੀਂ ਨਿਕਲ ਰਿਹਾ। ਇਸ ਮੌਕੇ ਪਿੰਡ ਵਾਸੀ ਹਰਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਦਾ ਹੀ ਰਹਿਣ ਵਾਲਾ ਹੈ ਤੇ ਸੀਸੀਟੀਵੀ ਕੈਮਰੇ 'ਚ ਇੱਕ ਚੀਤੇ ਦੀ ਤਸਵੀਰ ਨਜ਼ਰ ਆਈ, ਜੋ ਕਿ ਪਿੰਡ ਦੇ ਵਿੱਚ ਘੁੰਮਦਾ ਨਜ਼ਰ ਆਇਆ, ਜਿਸ ਕਾਰਨ ਹੁਣ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਕੋਈ ਵੀ ਬੱਚਾ ਬਜ਼ੁਰਗ ਬਾਹਰ ਨਹੀਂ ਨਿਕਲ ਰਿਹਾ। ਅਤੇ ਉਹਨਾਂ ਨੇ ਵਣ ਵਿਭਾਗ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਚੀਤੇ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ, ਤਾਂ ਜੋ ਪਿੰਡ ਦੇ ਵਿੱਚੋਂ ਦਹਿਸ਼ਤ ਦਾ ਮਾਹੌਲ ਖਤਮ ਕੀਤਾ ਜਾਵੇ। ਇਹ ਉਹ ਘੁੰਮਦਾ ਜੀ ਸਾਰਾ, ਇੱਧਰੋਂ ਆਇਆ ਸੀ ਥੋੜੇ ਦਿਨ ਪਹਿਲਾਂ, ਕੱਲ੍ਹ ਵੀ ਇੱਧਰ ਦੇਖਿਆ ਗਿਆ ਉੱਥੇ ਸਾਹਮਣੇ। ਤੁਸੀਂ ਕਾਹਦੇ 'ਚ ਦੇਖਿਆ ਸੀਗਾ ਜੀ? ਇਹ ਕੈਮਰੇ 'ਚ ਦੇਖਿਆ, ਸਾਹਮਣੇ ਕੈਮਰਾ ਲੱਗਿਆ। ਅੱਛਾ, ਹਾਂਜੀ। ਐਨ ਸਾਫ ਦਿਖਾਈ ਦੇ ਰਿਹਾ ਜੀ? ਹਾਂਜੀ ਹਾਂ। ਕਿਤੇ ਕੋਈ ਖੂਨ ਖਾਨ ਵੀ ਨਜ਼ਰ ਆਇਆ ਤੁਹਾਨੂੰ? ਖੂਨ ਵੀ ਇੱਥੇ ਗਿਰਿਆ ਸੀ ਜੀ, ਉੱਧਰੋਂ ਲੈ ਕੇ ਇੱਥੇ ਤੱਕ ਸਭ ਛਿੱਟੇ ਸੀਗੇ। ਇੱਥੇ ਸਾਡੇ ਘਰ ਦੇ ਵਿੱਚ ਵੀ ਕਾਫੀ ਖੂਨ ਗਿਰਿਆ ਸੀ। ਸ਼ਾਮ ਨੂੰ ਜਿਹੜਾ ਪਿੰਡਾਂ ਦੇ ਵਿੱਚ ਹੁਣ ਸ਼ਾਮ ਨੂੰ ਰੋਟੀ ਰੂਟੀ ਪਕਾਉਣ ਵਾਸਤੇ ਲੋਕ ਬਾਹਰ ਵਗੈਰਾ ਨਿਕਲਦੇ ਨਹੀਂ? ਨਿਕਲਦੇ ਨੇ ਨਹੀਂ, ਪਰ ਦਹਿਸ਼ਤ ਦਾ ਮਾਹੌਲ ਤਾਂ ਹੈ ਹੀ ਹੈ। ਸਰਕਾਰ ਨੂੰ ਕੀ ਜਾਣਾ ਚਾਹੁੰਦੇ ਆ? ਸਰਕਾਰ ਨੂੰ ਇਹ ਵੀ ਇਹਦੀ ਇਹਨੂੰ ਫੜਿਆ ਜਾਵੇ। ਮਤਲਬ ਇਸ ਤੋਂ ਬਿਨਾਂ, ਇੱਕ ਤਾਂ ਤੁਸੀਂ ਕੈਮਰੇ 'ਚ ਦੇਖਿਆ ਸੀਸੀਟੀਵੀ ਕੈਮਰੇ 'ਚ, ਹਾਂਜੀ, ਇਸ ਤੋਂ ਬਿਨਾਂ ਵੈਸੇ ਤਾਂ ਵੀ ਕਿਸੇ ਨਜ਼ਰ ਆਇਆ ਹੈਗਾ? ਨਹੀਂ, ਵੈਸੇ ਨਹੀਂ ਨਜ਼ਰ ਆਇਆ। ਉਹ ਉੱਥੇ ਕੱਲ੍ਹ ਖੂਨ ਗਿਰਿਆ ਸੀ ਉੱਥੇ, ਕੱਲ੍ਹ ਵੀ, ਕੱਲ੍ਹ 7 ਵਜੇ ਦੀ ਗੱਲ ਹੈ। ਹਾਂਜੀ, ਨਹੀਂ ਖੂਨ ਤਾਂ ਗਿਰਿਆ ਸੀਗਾ, ਮਤਲਬ ਦੇਖਿਆ ਕਿਸੇ ਨੇ? ਜਾਨਵਰ ਜੋ ਵੀ ਹੈਗਾ, ਹਾਂਜੀ ਹਾਂ, ਸਰੀਰ ਹੈਗਾ, ਖੂਨੀ ਜਾਨਵਰ ਤਾਂ ਹੈ ਹੀ ਹੈ, ਤੇਂਦੂ ਹੈਗਾ, ਮਤਲਬ ਵੈਸੇ ਨਜ਼ਰ ਨਹੀਂ ਕਿਸੇ ਨੂੰ, ਵੈਸੇ ਨਹੀਂ ਨਜ਼ਰ ਆਇਆ, ਕੈਮਰੇ 'ਚ ਹੀ ਦੇਖਿਆ। ਇਹ ਤੁਹਾਡਾ ਪਿੰਡ ਰਾਜਪੁਰ ਕਿੰਨੀ ਦੂਰ ਪੈਂਦਾ? 5 ਕਿਲੋਮੀਟਰ ਹੈ। 5 ਕਿਲੋਮੀਟਰ ਇੱਥੇ ਨੇੜੇ ਤੇੜੇ ਕਿਸੇ ਹੋਰ ਪਿੰਡ ਦੇ ਵਿੱਚ ਵੀ ਕੋਈ ਮਾੜਾ ਮੋਟਾ ਸ਼ੱਕ ਸੁਭਾ ਹੋਈ ਹੈ? ਪਹਿਲਾਂ ਉੱਧਰ ਹਰਪਾਲਪੁਰ ਕਹਿੰਦੇ ਸੀ, ਇੱਧਰ ਆਇਆ ਹੈ। ਅੱਛਾ ਜੀ, ਹਾਂਜੀ, ਮਤਲਬ ਇਹਨਾਂ ਪਿੰਡਾਂ 'ਚ ਘੁੰਮਦਾ ਫਿਰ ਰਿਹਾ? ਹਾਂਜੀ ਹਾਂਜੀ। ਫਿਰ ਤੁਹਾਨੂੰ ਮਤਲਬ ਡਰ ਵਗੈਰਾ ਤਾਂ ਹੋਣਾ, ਬੱਚੇ ਬੱਚੇ ਬਾਹਰ ਘੱਟ ਨਿਕਲਦੇ ਆ? ਹਾਂ, ਬੱਚੇ ਬਾਹਰ ਨਿਕਲਦੇ ਹੀ ਨਹੀਂ ਜੀ, ਹੁਣ ਡਰਦੇ ਨੇ ਛੋਟੇ ਬੱਚੇ।